ਚੰਡੂ ਕੇ ਵਰਸਸ ਚੱਕਰ ਦੇ ਦਰਮਿਆਨ ਖੇਡਿਆ ਜਾਣਾ। ਚੰਡੂ ਕੇ ਤੇ ਚੱਕਰ ਦੇ ਦਰਮਿਆਨ ਸੈਮੀਫਾਈਨਲ ਮੁਕਾਬਲਾ, ਦੋਨੋਂ ਟੀਮਾਂ ਨੂੰ ਬੇਨਤੀ ਹੈ ਉਹ ਆਪਣੀ ਤਿਆਰੀ ਰੱਖਣਗੇ ਅਤੇ ਨਾਲ ਜਿੰਨੀਆਂ ਵੀ ਟੀਮਾਂ ਅਸੀਂ ਅਨਾਊਂਸ ਕਰਾਂਗੇ, ਕਿਰਪਾ ਕਰਕੇ ਖਿਡਾਰੀ ਵੀਰ ਸਮੇਂ ਦੇ ਪਾਬੰਦ ਬਣਨਗੇ। ਅਸੀਂ ਉਹਨਾਂ ਤੋਂ ਆਸ ਰੱਖਦੇ ਹਾਂ, ਨਗਰ ਨਿਵਾਸੀਆਂ ਨੂੰ ਫਿਰ ਬੇਨਤੀ ਕਰਦੇ ਹਾਂ ਬਈ ਆਪਣੇ ਜ਼ਿੰਦਗੀ ਦੇ ਕੀਮਤੀ ਰਜੇਵਿਆਂ 'ਚੋਂ ਸਮਾਂ ਕੱਢ ਕੇ ਅੱਜ ਗਰਾਊਂਡ ਦੇ ਵਿੱਚ ਪੁੱਜੋ, ਟਰਾਲੀ ਬੈਗ ਅਤੇ ਫਾਈਨਲ ਮੁਕਾਬਲੇ ਕੁਆਟਰ ਫਾਈਨਲ ਮੁਕਾਬਲਿਆਂ ਦਾ ਆਨੰਦ ਮਾਣੋ ਜੀ। ਅੱਜ ਦਾ ਜੋ ਇਹ ਖੇਡ ਮੇਲਾ ਹੈ, ਸ਼ਾਨਦਾਰ ਅੱਠਵਾਂ ਟੂਰਨਾਮੈਂਟ ਅਖਾੜੇ ਦੀ ਧਰਤੀ, 65 ਕਿਲੋ ਵਜਨੀ ਫੁੱਟਬਾਲ, 55 ਕਿਲੋ ਦੇ ਫਾਈਨਲ, ਇਹ ਸਾਰੇ ਨੈੱਟ ਦੇ ਜ਼ਰੀਏ ਲਾਈਵ ਟੈਲੀਕਾਸਟ ਕੀਤੇ ਜਾਣਗੇ। ਮਾਲਵਾ TV.com ਕੀਤੇ ਜਾ ਰਹੇ ਆ, ਮਾਲਵਾ TV.com ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਔਰ ਆਪਣੇ ਪਿੰਡ ਦੀ ਕੇਬਲ 'ਤੇ ਵੀ ਇਸ ਖੇਡ ਮੇਲੇ ਦਾ ਤੁਸੀਂ ਆਨੰਦ ਮਾਣ ਸਕਦੇ ਹੋ। ਘਰਾਂ 'ਚ ਬੈਠੇ ਸਾਡੀਆਂ ਮਾਮਾ ਭੈਣਾਂ ਸਾਰੀਆਂ ਹੀ ਇਸ ਖੇਡ ਮੇਲੇ ਦਾ, ਆਪਣੇ ਨਗਰ ਦੇ ਖੇਡ ਮੇਲੇ ਦਾ, ਆਪਣੇ ਬੱਚਿਆਂ ਦਾ ਖੇਡ ਦਾ ਪ੍ਰਦਰਸ਼ਨ ਤੁਸੀਂ ਘਰ ਬੈਠ ਕੇ ਵੀ ਦੇਖ ਸਕਦੇ ਹੋ। ਉੱਥੇ ਧੰਨਵਾਦ ਕਰਦੇ ਹਾਂ ਮਾਲਵਾ TV.com ਵਾਲਿਆਂ ਦਾ, ਜੋ ਪੰਜਾਬ ਦੇ ਵਿੱਚ ਇੱਕ ਵਿਲੱਖਣਤਾ ਕਾਇਮ ਕੀਤੀ ਆ ਵੈਬਸਾਈਟ ਬਣਾ ਕੇ, ਕਦੇ ਕਬੱਡੀ ਦੇ ਮੁਕਾਬਲੇ, ਕਦੇ ਸੱਭਿਆਚਾਰ ਮੇਲੇ, ਅਤੇ ਕਦੇ ਫੁੱਟਬਾਲ ਦੇ, ਕਦੇ ਹਾਕੀ ਦੇ ਮੁਕਾਬਲੇ ਸਿਖਾਏ ਜਾਂਦੇ ਨੇ। ਇਹਨਾਂ ਵੀਰਾਂ ਦਾ ਵੀ ਅਸੀਂ ਇੱਥੇ ਪੁੱਜਣ 'ਤੇ ਜੀ ਹੋਇਆ ਆਖਦੇ ਹਾਂ। ਬੜਾ ਸ਼ਾਨਦਾਰ ਮੁਕਾਬਲਾ ਚੱਲਦਾ 45 ਕਿਲੋ ਅਖਾੜਾ ਏ ਅਤੇ ਬੀ ਦੇ ਦਰਮਿਆਨ, ਛੋਟੇ ਛੋਟੇ ਬੱਚੇ ਨੇ, ਪਨੀਰੀ ਹੈ, ਜੇ ਪਨੀਰੀ ਸਾਂਭਾਂਗੇ ਤਾਂ ਚੰਗੇ ਫਲ ਅਤੇ ਫਲ ਫੁੱਲ ਦੀ ਆਸ ਕਰਾਂਗੇ। ਅਤੇ ਸੂਰਜ ਡੁੱਬਣ ਲੱਗਾ, ਉਸਨੇ ਸਵਾਲ ਕੀਤਾ ਕਿ ਮੇਰੀ ਥਾਂ ਕੌਣ ਲਵੇਗਾ, ਤਾਂ ਛੋਟੇ ਜਿਹੇ ਦੀਵੇ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ। ਕੱਲ੍ਹ ਨੂੰ ਇਹ ਸੂਰਜ ਬਣ ਜਾਣੇ ਨੇ। ਹੁਣ ਜਿਹੜਾ ਅਗਲਾ ਮੁਕਾਬਲਾ ਖੇਡਿਆ ਜਾਣਾ ਚੱਕਰ ਅਤੇ ਚੰਡੂਕਿਆਂ ਦੇ ਦਰਮਿਆਨ, ਐਨ ਕਾਂਟੇ ਦਾ ਟੱਕਰ ਹੋਣੀ ਆ, ਦੋਨੋਂ ਟੀਮਾਂ ਤਿਆਰੀ ਕਰ ਲੈਣ ਜੀ। ਉੱਥੇ ਹੀ ਬਹੁਤ ਬਹੁਤ ਧੰਨਵਾਦ ਸਾਡੇ ਡ੍ਰੀਮ ਸਟੂਡੀਓ ਵਾਲੇ ਅਸ਼ਵਨੀ ਵੀਰ ਜੀ, ਜੋ 8 ਸਾਲ ਤੋਂ ਲਗਾਤਾਰ ਇਸ ਖੇਡ ਮੇਲੇ ਦੇ ਨਾਲ ਜੁੜੇ ਨੇ, ਤਨਦੇਹੀ ਦੇ ਨਾਲ ਸੇਵਾ ਵੀ ਕਰਦੇ ਨੇ, ਸਹਿਯੋਗ ਵੀ ਦਿੰਦੇ ਨੇ। ਉੱਥੇ ਸਾਡਾ ਵੀਰ ਗਿੱਲ DJ ਸਾਊਂਡ ਵਾਲਾ ਰਾਜੂ ਵੀਰ ਦਾ ਵੀ ਬਹੁਤ ਵੱਡਾ ਧੰਨਵਾਦ, ਜੋ ਆਏ ਸਾਲ ਇਸ ਟੂਰਨਾਮੈਂਟ ਦੇ ਵਿੱਚ ਵੱਡੀਆਂ ਸਮਾਵਾਂ ਦਿੰਦੇ ਨੇ। ਅਤੇ ਟੈਂਟ ਵਾਲੇ ਵੀਰਾਂ ਦਾ ਵੀ, ਦਰਸ਼ਨ ਸਿੰਘ ਜੀ ਟੈਂਟ ਵਾਲਿਆਂ ਦਾ ਵੀ ਬਹੁਤ ਵੱਡਾ ਧੰਨਵਾਦ ਕਰਦੇ ਹਾਂ, ਹੋਰ ਵੀ ਸਹਿਯੋਗੀ ਸੱਜਣਾਂ ਦਾ। ਅਤੇ ਫਿਰ ਬੇਨਤੀ ਕਰਦੇ ਹਾਂ ਨਗਰ ਨਿਵਾਸੀਆਂ ਨੂੰ, ਆਓ ਇਸ ਖੇਡ ਮੇਲੇ ਦੀ ਰੌਣਕ ਰੂਪ ਦਾ ਹੋ ਜੀ। ਟਰਾਲੀ ਬੈਗ ਮੁਕਾਬਲੇ ਦੇ ਵਿੱਚ ਜਿਹੜੇ ਵੀਰ ਨੇ ਭਾਗ ਲੈਣਾ ਉਹ ਆਪਣਾ ਨਾਂ ਦਰਜ ਕਰਵਾ ਦਿਓ ਜੀ। ਐਂਟਰੀ ਫੀਸ ਕਿੰਨੀ ਆ ਦੱਸ ਦਿਓ। ਜਗਰਾਜ ਸਿੰਘ ਜੀ ਐਂਟਰੀ ਫੀਸ ਕਿੰਨੀ ਆ ਜੀ? 200 ਰੁਪਏ ਐਂਟਰੀ ਫੀਸ ਆ ਟਰਾਲੀ ਬੈਗ ਮੁਕਾਬਲਿਆਂ ਦੇ ਵਿੱਚ। ਉਹ ਵੀਰ ਆਪਣੇ ਨਾਂ ਦਰਜ ਕਰਵਾ ਦਿਓ ਜਿਨ੍ਹਾਂ ਨੇ ਟਰਾਲੀ ਬੈਗ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣਾ। 12 ਵਜੇ ਮੁਕਾਬਲੇ ਸ਼ੁਰੂ ਕਰਵਾਏ ਜਾਣੇ ਨੇ, ਉਹ ਆਪਣੇ ਨਾਂ ਦਰਜ ਕਰਵਾ ਦਿਓ ਜੀ। ਠੀਕ ਆ ਜੀ। ਟਰੈਕਟਰ ਵਾਲੇ ਵੀਰ ਨੂੰ ਬੇਨਤੀ ਹੈ ਵੀ ਟਰੈਕਟਰ ਬਾਹਰ, ਜਗਨੇਟਰ ਬਾਹਰ ਕੱਢਣਾ ਅਤੇ ਟਰੈਕਟਰ ਲਿਆਓ ਜੀ।
ਹਾਂਜੀ ਜਿਹੜੇ ਗੇਟ ਦੇ ਸਾਹਮਣੇ ਖੜੇ ਨੇ ਵੀਰ ਪਤਵੰਤ ਤੇ ਸੱਜਣ ਉਹਨਾਂ ਨੂੰ ਬੇਨਤੀ ਹੈ ਵੀ ਸਟੇਜ ਤੇ ਆ ਜਾਓ ਸਾਰੇ ਹੀ ਪਤਵੰਤ ਤੇ ਸੱਜਣ ਜਿਹੜੇ ਕੰਧਾਂ ਤੇ ਬੈਠੇ ਨੇ ਸਟੇਜ ਤੇ ਆ ਜਾਓ ਜੀ ਗੋਪੀ ਬਾਈ ਜੀ ਸਟੇਜ ਤੇ ਆ ਜਾਓ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਸਟੇਜ ਦੀ ਸ਼ੋਭਾ ਨੂੰ ਵਧਾਓ ਜੀ ਹਾਂਜੀ ਟਰਾਲੀ ਬੈਗ ਮੁਕਾਬਲਿਆਂ ਦੇ ਵਿੱਚ ਜਿਹੜੇ ਵੀਰਾਂ ਨੇ ਹਿੱਸਾ ਲੈਣਾ ਸੀ ਬਾਰ ਬਾਰ ਬੇਨਤੀਆਂ ਕਰਦੇ ਹਾਂ ਬਈ ਆਪਣੇ ਨਾਂ ਦਰਜ ਕਰਵਾ ਦਿਓ ਜੀ ਆਪਣੇ ਨਾਂ ਦਰਜ ਕਰਵਾ ਦਿਓ ਜਿਹੜੇ ਵੀਰਾਂ ਨੇ ਟਰਾਲੀ ਬੈਗ 'ਚ ਹਿੱਸਾ ਲੈਣਾ ਤੋੜ ਲੈ ਫੜ ਜਾ ਓਏ ਬਾਲ ਬਣਾ ਓਏ ਲੱਗ ਮਰੀ ਇਹਨਾਂ ਮਾ ਪੂਰੇ ਨਾਮ ਬਣਵਾਉਣਾ ਉਹ ਨਾਮ ਬੜਾ ਪਤਾ ਲੱਗੂ ਜੀ ਹਰੀ ਗੁਰੂ ਉਹ ਲੈਣ ਗਿਆ ਹੋਇਆ ਵਾ ਬਹੁਤ ਸੋਹਣੀ ਟਰਾਈ ਕੀਤੀ ਗੱਭਰੂ ਨੇ ਪਰ ਸਮੇਂ ਨੇ ਤੇ ਕਿਸਮਤ ਨੇ ਸਾਥ ਨਹੀਂ ਦਿੱਤਾ
मैच बड़ा फसमा फाइनल मुकाबला है ए ते बी दे दरम्यान अखाड़ा दियाँ दोनों टीम ने हुण मेरी बेनती है चकर ते चंडूकियां दी टीम पहले सैमीफाइनल मुकाबले दियाँ दोनों टीम तैयारी कर लो नाल मेरी बेनती है जिते ट्राली बैक विच वीर ने भाग लेना वह भी अपना नाम दर्ज करवा दो हाँ जी ठीक है धन्यवाद जी फाइनल मुकाबले की वाटर ब्रेक होगी दोनों टीमों के दरमियान बराबरी से चलता हुआ मुकाबला एक बच्ची हरदीप कौर स्टेज पर बैठी है वह कहती भी जे ए बी टीम जे हरे रंग की वर्दी वाले गभरू गोल करे तो 100 रुपया वो वालों हरदीप वालों होगा बी टीम के लिए जे बी टीम गोल करूँ तो 100 रुपए हरदीप कौर बच्ची आलों दिता जाएगा बहुत बहुत धन्यवाद इस भी बच्ची का जो खिलाड़ियों का हौसला अफजाई करती है होर भी नगर निवासियों साड़ी बेनती है भी अपने घर चो कीमती कमां छड़दे हुए जल्दी के नाल ग्राउंड के पुजो इन्हों खिलाड़ियों का हौसला अफजाई करो इस तो अगले मुकाबले पूरी टॉपर टीम के पंजाब की क्रीम इस टूरनामेंट का निचोड़ सामने आना साड़ी बेनती है इस तो अगला मुकाबला पूरा फसमा मुकाबला चकर ते चंडूकियां दे दरम्यान जिले लुधियाने दा ते मानसा दी टक्कर होनी है दोनों टीम तैयारी रखन ते साड़ी फिर बेनती है नगर निवासियों प्रति भी कृपा करके अपने कीमती काम छड़दे हुए इस खेडां दे मेले दा खेडां दे गुलाब दा आनंद माणो जी जल्दी नाल ग्राउंड दे विच पुजो कोठे राणा ते जगराओं दा जिहड़ा दूसरा सैमीफाइनल मुकाबला खेडिया जाना वो टीम भी अपने मैच नोट कर लैन समय ना पुजन बेनती प्रवान कर
ਹੈਲੋ 8 ਨੰਬਰ ਦੀ ਜਰਸੀ ਦੇ ਵਿੱਚ ਏ ਟੀਮ ਦਾ ਗੁਰਪ੍ਰੀਤ ਖਿਡਾਰੀ ਖੇਡ ਰਿਹਾ ਹੱਥ ਖੜਾ ਕਰੀ ਵੀ ਗੱਭਰੂਆ 8 ਨੰਬਰ ਦੀ ਜਰਸੀ ਦੇ ਵਿੱਚ ਗੁਰਪ੍ਰੀਤ ਗੁਰੂ ਨਾ ਪ੍ਰੀਤ 8 ਨੰਬਰ ਦੀ ਜਰਸੀ ਦੇ ਖੇਡਦਾ ਗੁਰਸੇਵਕ ਸੇਬੀ ਸਾਡਾ ਬਾਈ ਜੋ ਲਗਾਤਾਰ 3 ਦਿਨਾਂ ਤੋਂ ਸੇਵਾ ਦੇ ਰਿਹਾ ਉਹਦੇ ਵੱਲੋਂ 50 ਰੁਪਈਏ ਆ ਜੇ ਤੂੰ ਗੋਲ ਕਰਦੇ ਵੀਰ 50 ਰੁਪਈਏ ਮੈਥੋਂ ਲੈ ਜੀ ਆ ਕੇ ਗੁਰਸੇਵਕ ਸਿੰਘ ਸੇਬੀ ਵੱਲੋਂ 8 ਨੰਬਰ ਜਰਸੀ ਦੇ ਵਿੱਚ ਖੇਡਦਾ ਗੁਰਪ੍ਰੀਤ ਜੇ ਗੋਲ ਕਰੂ 100-50 ਰੁਪਏ ਦੇ ਮਾਣ ਹੋਣਗੇ ਗੁਰਸੇਵਕ ਸਿੰਘ ਸੇਬੀ ਵੱਲੋਂ ਮੈਥੋਂ ਲੈ ਜੀ ਵੀਰ ਆ ਕੇ ਚਾਰ ਨੰਬਰ ਦੀ ਜਰਸੀ ਦੇ ਵਿੱਚ ਗੁਰਮੀਤ ਆ ਗ੍ਰੀਨ ਰੰਗ ਦੀ ਵਰਦੀ ਦੇ ਵਿੱਚ 4 ਨੰਬਰ ਦੀ ਜਰਸੀ ਦੇ ਵਿੱਚ ਬੀ ਟੀਮ ਦਾ ਗੁਰਮੀਤ ਗੱਭਰੂ ਖੇਡਦਾ ਉਹਦੇ 'ਤੇ ਕੁੜੀ ਹਰਪ੍ਰੀਤ ਵੱਲੋਂ 100 ਰੁਪਈਆ ਲੱਗ ਸੋਰੀ ਹਰਦੀਪ ਵੱਲੋਂ 100 ਰੁਪਏ ਦਾ ਮਾਣ ਆ ਜੇ ਗੋਲ ਕਰੂ ਅਤੇ ਬੀ ਟੀਮ ਜੇ ਗੋਲ ਕਰੂ ਤਾਂ ਵੀ 100 ਰੁਪਏ ਦੇ ਮਾਣ ਆ ਇਸ ਬੱਚੀ ਵੱਲੋਂ ਜੇ 4 ਨੰਬਰ ਵਾਲਾ ਗੁਰਮੀਤ ਗੋਲ ਕਰੂ 100 ਰੁਪਇਆ ਹਰਦੀਪ ਵੱਲੋਂ 100 ਰੁਪਏ ਹੋਣਗੇ ਕੋਈ ਵੀ ਟੀਮ ਦਾ ਖਿਡਾਰੀ ਗੋਲ ਕਰੂ ਤਾਂ ਵੀ 100 ਰੁਪਏ ਸਮਝਿਆ ਜੀ ਹਾਂਜੀ ਟਰਾਲੀ ਬੈਗ ਦੇ ਮੁਕਾਬਲੇ ਟਰਾਲੀ ਬੈਗ ਦੇ ਮੁਕਾਬਲੇ 'ਚ ਜਿਨ੍ਹਾਂ ਵੀਰਾਂ ਨੇ ਹਿੱਸਾ ਲੈਣਾ ਉਹ ਵੀ ਆਪਣੇ ਨਾਂ ਦਰਜ ਕਰਵਾ ਦਿਓ ਨਗਰ ਨਿਵਾਸੀਆਂ ਪ੍ਰਤੀ ਫਿਰ ਵਾਰ ਵਾਰ ਬੇਨਤੀਆਂ ਕਰ ਰਹੇ ਹਾਂ ਵੀ ਆਓ ਇਸ ਗਰਾਊਂਡ ਦੀ ਸ਼ੋਭਾ ਨੂੰ ਵਧਾਓ ਦਾਨੀ ਵੀਰਾਂ ਨੂੰ ਵੀ ਬੇਨਤੀ ਆ ਵੀ ਆਪਣੇ ਮਾਣ ਸਨਮਾਨ ਲੈਣ ਲਈ ਤੁਸੀਂ ਵੀ ਸਟੇਜ 'ਤੇ ਪੁੱਜੋ ਜੀ ਲੰਗਰ ਵਾਲੀ ਸਾਡੇ ਸੇਵਾਦਾਰ ਜਿਹੜੇ ਵੀਰ ਕੋਲ ਲੰਗਰ ਦੀ ਚਾਬੀ ਆ ਉਹ ਜਲਦੀ ਤੋਂ ਜਲਦੀ ਲੰਗਰ 'ਚ ਪਹੁੰਚੇ ਉਹ ਦੁੱਧ ਸਾਹਮਣਾ ਬਾਹਰ ਪਿਆ ਭਰਾ ਮੇਰੇ ਨੂੰ ਅਸੀਂ ਬੇਨਤੀ ਆ ਲੰਗਰ ਦੀ ਚਾਬੀ ਲੈ ਕੇ ਜਲਦੀ ਤੋਂ ਜਲਦੀ ਲੰਗਰ 'ਚ ਪਹੁੰਚ ਜਾਵੇ ਹੈਲੋ 4693 ਸਕੂਟਰੀ ਖੜੀ ਆ ਗੱਡੀ ਅੱਗੇ ਆਉਣੀ ਆ ਰਾਹ ਦੇ ਵਿੱਚ ਸਕੂਟਰੀ ਖੜੀ ਆ ਵੀ ਬਣ ਕੇ ਉਹ ਸਾਈਡ 'ਤੇ ਕਰ ਲਓ ਜੀ ਸਾਡਾ ਸੇਵਾਦਾਰ ਵੀਰ ਪਤਲੂ ਉਹ ਨਾ ਲੰਗਰ ਦੇ ਵਿੱਚ ਪਹੁੰਚ ਜਾਵੇ ਚਾਬੀ ਲੈ ਕੇ ਵੀਰ ਪਤਲੂ ਲੰਗਰ ਵਾਲੇ ਕਮਰੇ ਦੀ ਚਾਬੀ ਲੈ ਕੇ ਲੰਗਰ 'ਚ ਪਹੁੰਚ ਜਾਵੇ ਵੀਰ ਸੁੱਖਾ ਗੱਡੀ ਉਰੇ ਲਿਆ ਗਰਾਊਂਡ ਆਪਣੇ ਸਟੇਜ ਕੋਲੇ ਗੱਡੀ ਲਿਆ ਵਿੱਚ ਦੀ ਲਿਆ ਕੋਈ ਗੱਲ ਨਹੀਂ ਆ ਜਾ ਜਦੋਂ ਬਾਲ ਪਰਲੀ ਸਾਈਡ ਤੇ ਗਈ 2 ਮਿੰਟ ਉਦੋਂ ਆ ਜੀ ਹਾਂਜੀ ਵੀਰ ਜੀ ਮੈਚ ਥੋੜਾ ਜਿਹਾ ਬੰਦ ਕਰ ਲਓ 2 ਮਿੰਟ
ਆਪਾਂ ਸਾਹਮਣੇ ਗੱਡੀ ਆ ਰਹੀ ਆ ਉਹਨੂੰ ਟਰਾਫੀਆਂ ਵਾਲੀ ਗੱਡੀ ਟਰਾਫੀਆਂ ਜੀ ਉਹ 'ਚ ਟਰਾਫੀਆਂ ਵਾਲੀ ਗੱਡੀ ਆ ਰਹੀ ਹੈ ਕਿਰਪਾ ਕਰਕੇ ਇੱਕ ਮਿੰਟ ਲਈ ਮੈਚ ਰੋਕ ਦਿੱਤਾ ਜਾਵੇ ਉੱਥੇ ਹੀ ਲੜਕੀ ਹਰਦੀਪ ਕੌਰ ਬੱਚੀ ਕਹਿੰਦੀ ਚਾਹੇ ਪਲਾਂਟੀਆਂ 'ਚ ਤੁਸੀਂ ਗੋਲ ਕਰ ਦਿਓ ਵੀ ਟੀਮ ਵਾਲਿਓ ਤਾਂ ਵੀ 100 ਰੁਪਏ ਜੇ ਗੁਰਮੀਤ 4 ਨੰਬਰ ਦੀ ਜਰਸੀ ਦੇ ਵਿੱਚ ਗ੍ਰੀਨ ਰੰਗ ਦੀ ਕਿੱਟ ਦੇ ਵਿੱਚ ਖੇਡਦਾ ਉਹਦੇ ਲਈ ਸਪੈਸ਼ਲ 100 ਰੁਪਏ ਜੇ ਗੋਲ ਕਰੂ ਇਸ ਬੱਚੀ ਵੱਲੋਂ ਗੁਰਸੇਵਕ ਸੇਬੀ ਵੀਰ ਕਹਿੰਦਾ 50 ਰੁਪਏ ਦੇ ਮਾਣ ਹੋਣਗੇ ਜੇ 8 ਨੰਬਰ ਦੀ ਜਰਸੀ ਵਾਲਾ ਇਹ ਟੀਮ ਦਾ ਖਿਡਾਰੀ ਗੁਰਪ੍ਰੀਤ ਗੋਲ ਕਰੂ ਤਾਂ ਚੰਡੂ ਕੇ ਤੇ ਚੱਕਰ ਬਾਤ ਹੀ ਸੀ ਇਹ ਕਬਰੇ ਕਿਲੋ ਕਿਲੋ
ਵੀ ਫੜ ਜਾ ਮੇਰੇ ਕਾਲ ਨਾ ਕਹਿੰਦਾ ਤੁਹਾਡੀ ਆਡੀਓ ਵਿੱਚ ਹੀ ਆ ਰਹੀ ਹੈ ਟਰਾਲੀ ਬੈਕ ਦੇ ਮੁਕਾਬਲੇ ਜੋ ਅਸੀਂ ਠੀਕ 12 ਵਜੇ ਚਾਲੂ ਕਰ ਦੇਣੇ ਆ। ਜਿਹੜੇ ਮੇਰੇ ਵੀਰ ਟਰਾਲੀ ਬੈਕ ਵਾਲੇ ਐਂਟਰੀ ਕਰਾਉਣੀ ਚਾਹੁੰਦੇ ਆ ਕੇ ਸਾਡੇ ਕੋਲ ਸਟੇਜ 'ਤੇ ਐਂਟਰੀ ਕਰਾ ਸਕਦੇ ਆ। ਟਰਾਲੀ ਬੈਕ ਦੇ ਮੁਕਾਬਲੇ ਠੀਕ ਅਸੀਂ 12 ਵਜੇ ਸ਼ੁਰੂ ਕਰ ਦੇਣੇ ਆ ਅਤੇ ਵੀਰ ਮਨਜੀਤਾ ਜੋ ਟਰੈਕਟਰ ਟਰਾਲੀ ਵਾਲਾ ਉਹ ਸਾਨੂੰ ਆ ਕੇ ਸਟੇਜ 'ਤੇ ਮਿਲੇ। ਪ੍ਰਿਤਪਾਲ ਮਨਜੀਤਾ ਜਿਹੜੇ ਸਾਡੇ ਵੀਰ ਹੈਗੇ ਟਰੈਕਟਰ ਟਰਾਲੀ ਵਾਲੇ ਪਿੰਡ ਦੇ ਜਿਨ੍ਹਾਂ ਨੇ ਟਰਾਲੀ ਬੈਕ ਦਾ ਜਿਨ੍ਹਾਂ ਕੋਲ ਚਾਰਜ ਆ ਉਹ ਸਾਨੂੰ ਮਨਜੀਤੇ ਹੁਣੀ ਵੀਰ ਆ ਕੇ ਸਟੇਜ 'ਤੇ ਮਿਲਣ ਔਰ ਜਿਹੜੇ ਵੀਰਾਂ ਨੇ ਟਰਾਲੀ ਬੈਕ ਦੇ ਮੁਕਾਬਲੇ ਵਿੱਚ ਹਿੱਸਾ ਲੈਣਾ ਉਹ ਆ ਕੇ ਸਾਨੂੰ ਟੀਮ ਐਂਟਰ ਕਰਵਾ ਸਕਦੇ ਆ ਸਟੇਜ 'ਤੇ। ਠੀਕ, ਅਸੀਂ 12 ਵਜੇ ਟਰਾਲੀ ਬੈਕ ਦੇ ਮੁਕਾਬਲੇ ਸ਼ੁਰੂ ਕਰਾਂਗੇ। ਜਿਹੜਾ ਵੀ ਪਲੇਅਰ ਅਖਾੜੇ ਦੀ ਏ ਜਾਂ ਬੀ ਟੀਮ ਦਾ ਕੋਈ ਵੀ ਪਹਿਲਾਂ ਗੋਲ ਕਰੂਗਾ, ਅੰਮ੍ਰਿਤਪਾਲ ਤੋਤੀ ਆ ਜਿਹੜਾ ਆਪਣੇ ਪਿੰਡ ਵਾਲਾ ਮੁੰਡਾ ਫੁੱਟਬਾਲ ਦਾ ਖਿਡਾਰੀ, ਉਹ ਕਹਿੰਦਾ ਮੈਂ ਜਿਹੜਾ ਵੀ ਪਲੇਅਰ ਪਹਿਲਾਂ ਗੋਲ ਕਰੂਗਾ ਉਹ ਬਾਲ ਰਮਾਉਣ ਕਰਾਉਣੇ ਚਾਹੁੰਦਾ ਤਾਂ ਮੈਂ ਉਹਦੇ ਬਾਲ ਰਮਾਉਣ ਕਰਾ ਕੇ ਦਊਂਗਾ। ਅੰਮ੍ਰਿਤਪਾਲ ਸਿੰਘ ਤੋਤੀ ਹੈਲੋ। ਔਰ ਬਹੁਤ ਹੀ ਸ਼ਾਨਦਾਰ ਮੁਕਾਬਲਾ, ਵਾਟਰ ਬ੍ਰੇਕ ਤੋਂ ਬਾਅਦ ਬਚ ਗਿਆ ਵੀ ਸੋਹਣੇ, ਬਹੁਤ ਸੋਹਣਾ ਮੁਕਾਬਲਾ ਦੋਨੋਂ ਟੀਮਾਂ ਦੇ ਦਰਮਿਆਨ। ਛੋਟੀ ਉਮਰ ਵੱਡੀਆਂ ਪਲਾਂਘਾਂ ਪੜਦੇ ਨੇ ਕਿ ਪੁੱਤਰ ਨੇ ਜਦ ਖਾਨਦਾਨ ਦੀ ਹਰ ਮਾਂ ਦੀ ਚਾਹ ਇਹਨਾਂ ਨੂੰ ਪਾਣ ਦੀ, ਮਲਕੀਤ ਦੀ ਸੁਣ ਲੈ ਅਰਜ ਰੱਬਾ ਤੇਰੇ ਘਰ ਘਾਟੇ ਕਿਹੜੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ। ਪੁੱਤੀਆਂ ਪੁੱਤ ਹੋਣ, ਮਾਂ ਪਿਓ ਦਾ ਨਾਂ ਉੱਚਾ ਕਰਨ, ਸਮਾਜ ਦਾ ਦੇਸ਼ ਦਾ ਨਾਂ ਉੱਚਾ ਕਰਨ, ਇਹੋ ਜੀ ਪਰਮਾਤਮਾ ਅੱਗੇ ਅਰਦਾਸ ਆ। ਲਓ ਪੂਰਾ ਫਸਮਾਂ ਮੁਕਾਬਲਾ ਏ ਅਤੇ ਬੀ ਦੇ ਦਰਮਿਆਨ, ਉੱਥੇ ਸਾਡੀ ਬੱਚੀ ਹਰਦੀਪ ਕੌਰ ਬੀ ਟੀਮ ਦਾ ਕੋਈ ਵੀ ਖਿਡਾਰੀ ਗੋਲ ਕਰੂ ਚਾਹੇ ਪਲੰਕੀਆਂ 'ਚ ਚਾਹੇ ਤੂੰ, 100 ਰੁਪਏ ਦੇ ਮਾਨ ਹੋਣਗੇ। ਗੁਰਮੀਤ 4 ਨੰਬਰ ਦੀ ਕਿੱਟ ਦੇ, ਗ੍ਰੀਨ ਰੰਗ ਦੀ ਕਿੱਟ ਦੇ ਵਿੱਚ ਗੁਰਮੀਤ ਨਾਂ ਦਾ ਖਿਡਾਰੀ ਖੇਡਦਾ, 100 ਰੁਪਏ ਦਾ ਉਹਦੇ ਲਈ ਮਾਣ ਆ ਜੇ ਸਪੈਸ਼ਲ ਗੋਲ ਕਰੂ। ਅਤੇ ਗੁਰਸੇਵਕ ਸੇਬੀ ਸਾਡਾ ਬਾਈ ਜੋ ਲਗਾਤਾਰ 3 ਦਿਨਾਂ ਤੋਂ ਡਿਊਟੀਆਂ ਦੇ ਰਿਹਾ, ਉਹਦਾ ਵੀ ਵੱਡਾ ਧੰਨਵਾਦ। ਸਟਾਫ ਸੀਪ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ, 50 ਰੁਪਈਏ ਦੇ ਮਾਣ ਨੇ ਗੁਰਪ੍ਰੀਤ ਦੇ ਲਈ, ਜੇ 8 ਨੰਬਰ ਦੀ ਜਰਸੀ ਵਾਲਾ ਗੁਰਪ੍ਰੀਤ, ਪੀਲੇ ਰੰਗ ਦੀ ਜਰਸੀ ਖੇਡਦਾ ਗੁਰਪ੍ਰੀਤ, ਉਹਦੇ ਵੱਲੋਂ 50 ਰੁਪਈਏ ਗੋਲ ਕਰਨ 'ਤੇ ਮਿਲਣਗੇ। ਉੱਥੇ ਹੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ
ਅਜੀਤ ਅਖਬਾਰ ਦੇ ਪ੍ਰਤੀਨਿਧ ਸਾਡੇ ਵੀਰ ਅਜੀਤ ਸਿੰਘ ਜੀ ਪੁੱਜੇ ਨੇ, ਉਹਨਾਂ ਦਾ ਵੀ ਇੱਥੇ ਪੁੱਜਣ 'ਤੇ ਕੋਟਨ ਕੋਟ ਧੰਨਵਾਦ ਕਰਦੇ ਹਾਂ, ਜੋ ਆਏ ਸਾਲ ਇਸ ਟੂਰਨਾਮੈਂਟ ਸਹਿਯੋਗ ਦਿੰਦੇ ਨੇ ਅਤੇ ਖਬਰਾਂ ਪੰਜਾਬ ਦੇ ਕੋਨੇ ਕੋਨੇ ਦੁਨੀਆ ਦੇ ਕੋਨੇ ਕੋਨੇ 'ਚ ਪਹੁੰਚਾਉਂਦੇ ਨੇ। ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜੀ। ਸਰਦਾਰ ਗੱਜਣ ਸਿੰਘ ਜੀ, ਨੰਬਰਦਾਰ ਸਾਹਿਬਾਨ, ਸੈਕਟਰੀ ਸਾਹਿਬਾਨ, ਉਹ ਵੀ ਸਾਡੇ ਦਰਮਿਆਨ ਪੁੱਜੇ ਨੇ, ਜ਼ਿੰਦਗੀ ਦੇ ਕੀਮਤੀ ਸਮੇਂ 'ਚੋਂ ਕੱਢ ਕੇ ਸਮਾਂ ਉਹਨਾਂ ਨੂੰ ਵੀ ਇੱਥੇ ਪੁੱਜਣ 'ਤੇ ਧੰਨਵਾਦ ਕਰਦੇ ਹਾਂ ਜੀ। ਆਇਆ ਮੋਸਟ ਵੈਲਕਮ ਸਾਡੀ ਹਾਂਜੀ ਅਜੀਤ ਵੀਰ ਜੀ, ਤੁਹਾਡਾ ਵੀ ਧੰਨਵਾਦ ਇੱਥੇ ਪੁੱਜਣ 'ਤੇ। ਬਾਈ ਕੁਲਦੀਪ ਸਿੰਘ ਜੀ ਪੁੱਜੇ ਆ, ਉਹਨਾਂ ਦਾ ਵੀ ਇੱਥੇ ਪੁੱਜਣ 'ਤੇ ਧੰਨਵਾਦ ਕਰਦੇ ਹਾਂ। ਹੋਰ ਵੀ ਨਗਰ ਨਿਵਾਸੀਆਂ ਨੂੰ ਸਾਡੀ ਹੱਥ ਬੰਨ ਕੇ ਫਿਰ ਬੇਨਤੀ ਹੈ ਵੀ ਆਓ ਇਸ ਖੇਡ ਮੇਲੇ ਦੀ ਰੌਣਕ ਨੂੰ ਵਧਾਓ, ਇਹਨਾਂ ਬੱਚਿਆਂ ਦੇ ਹੌਸਲਾ ਅਫਜ਼ਾਈ ਕਰੋ। ਸਿਰੇ ਦੀ ਟੱਕਰ ਖੇਡੀ ਜਾ ਰਹੀ ਆ, ਇੱਕ ਪਾਸੇ ਤੁਸੀਂ ਏ ਟੀਮ ਗ੍ਰੀਨ ਰੰਗ ਦੀ ਕਿੱਟ ਦੇ ਵਿੱਚ, ਬੀ ਟੀਮ ਸੋਰੀ ਜੈਲੋ ਰੰਗ ਦੀ ਕਿੱਟ ਦੇ ਵਿੱਚ ਏ ਟੀਮ ਆ, ਜਿਹੜੀ ਬੀ ਟੀਮ ਆ ਗ੍ਰੀਨ ਰੰਗ ਦੀ ਕਿੱਟ ਦੇ ਵਿੱਚ ਖੇਡ ਰਹੀ ਹੈ। ਫਾਈਨਲ ਮੁਕਾਬਲਾ ਕਿ ਹੋਇਆ ਫਾਈਨਲ ਮੈਚ ਤਾਂ ਜੌਹਰ ਦਿਖਾਏ ਜਵਾਨਾਂ ਨੇ, ਛੋਟੀ ਉਮਰ ਹੈ ਵੱਡੀਆਂ ਪੁਲਾਂਘਾਂ ਨੇ ਸਰੀਰ। ਸਾਡੇ ਵੀਰ ਤੋਤੀ ਨੇ ਪਹਿਲਾਂ ਇੱਕ ਆਫਰ ਦਿੱਤੀ ਸੀ ਖਿਡਾਰੀਆਂ ਨੂੰ, ਦੋਨੋਂ ਟੀਮਾਂ ਨੂੰ, ਬਈ ਜਿਹੜੇ ਬਾਲ ਰਿਮਾਊਂਡ ਕਰਾਉਣੇ ਗੋਲ ਕਰਨ ਵਾਲੇ ਦੇ ਬਾਲ ਉਹ ਰਿਮਾਊਂਡ ਕਰਾ ਕੇ ਦਊ, ਦੂਸਰੇ ਪਾਸੇ ਸਿੱਖੀ ਨੂੰ ਸੰਭਾਲ ਲੈਣ ਦੇ ਲਈ ਉਹਦਾ ਹੀ ਭਰਾ ਦਿਲਪ੍ਰੀਤ ਕਹਿੰਦਾ ਜਿਹੜਾ ਵੀ ਖਿਡਾਰੀ ਗੋਲ ਕਰੂ ਉਹਨੂੰ ਮੈਂ ਪੱਗ ਦੇਊਂਗਾ, ਜਿਹੜਾ ਖਿਡਾਰੀ ਦੋਨਾਂ ਟੀਮਾਂ ਦਾ ਗੋਲ ਕਰੂ। ਇਹ ਆ ਜਜ਼ਬੇ ਸਿੱਖੀ ਦੇ ਲਈ, ਬਹੁਤ ਬਹੁਤ ਧੰਨਵਾਦ ਦਿਲਪ੍ਰੀਤ ਦਾ। ਅਤੇ ਕਹਿੰਦੇ ਉੱਧਰ ਫੈਸ਼ਨ ਦੀ ਗੱਲ ਹੈ ਤੋਤੀ ਵੀਰ ਦੀ, ਇੱਧਰ ਸਿੱਖੀ ਨੂੰ ਸੰਭਾਲਣ ਦੇ ਲਈ ਜਿਹੜਾ ਵੀ ਖਿਡਾਰੀ ਗੋਲ ਕਰੂ ਦੋਨੋਂ ਟੀਮਾਂ ਦੇ ਵਿੱਚੋਂ ਪੱਗ ਦਿੱਤੀ ਜਾਊਗੀ ਸਾਡੇ ਵੀਰ ਦਿਲਪ੍ਰੀਤ ਵੱਲੋਂ। ਜਿਹੜੀ ਗ੍ਰੀਨ ਰੰਗ ਦੀ ਕਿੱਟ ਦੇ ਵਿੱਚ ਖੇਡਦੀ ਹੈ ਟੀਮ ਆ ਉਹ ਬੀ ਟੀਮ ਆ ਜੀ, ਜਿਹੜੀ ਜੈਲੋ ਰੰਗ ਦੀ ਕਿੱਟ ਦੇ ਵਿੱਚ ਖੇਡਦੀ ਆ ਉਹ ਏ ਟੀਮ ਆ। ਸਾਈਡਾਂ ਤੁਸੀਂ ਨੋਟ, ਜਿਹੜੀ ਪਿੰਡ ਵਾਲੇ ਪਾਸੇ ਆ ਜਿਹੜੀ ਬੀ ਟੀਮ ਜਿਹੜੀ ਪਿੰਡ ਵਾਲੀ ਸਾਈਡ ਖੇਡ ਰਹੀ ਹੈ ਔਰ ਏ ਟੀਮ ਜਿਹੜੀ ਨਹਿਰ ਵਾਲੇ ਪਾਸੇ ਖੇਡਦੀ ਹੈ। ਅੱਜ ਦਾ ਇਹ ਜਿਹੜਾ ਅੱਠਵਾਂ ਸ਼ਾਨਦਾਰ ਟੂਰਨਾਮੈਂਟ ਅਖਾੜੇ ਦੀ ਧਰਤੀ ਜਿੱਥੇ ਧੰਨ ਧੰਨ ਬਾਬਾ ਸਾਹਿਬ ਸਿੰਘ ਜੀ ਬੇਦੀ
ਉਹਨਾਂ ਦੀ ਅਪਾਰ ਕਿਰਪਾ ਤੇ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਤੁਸੀਂ ਆਏ ਸਾਲ ਦੀ ਤਰ੍ਹਾਂ ਅੱਠਵਾਂ ਸ਼ਾਨਦਾਰ ਟੂਰਨਾਮੈਂਟ ਤੱਕ ਰਹੇ ਹੋ। ਇਧਰਲੇ ਪਾਸੇ ਇਹ ਦਰਸ਼ਕ ਵੀਰਾਂ ਦਾ ਠਾਠਾ ਮਾਰਦਾ ਇਕੱਠ, ਇਹਨਾਂ ਖਿਡਾਰੀਆਂ ਪ੍ਰਤੀ ਪਿਆਰ, ਬਹੁਤ ਹੀ ਦਿਲ ਰੌਚਕ ਮੁਕਾਬਲਾ ਖੇਡਿਆ ਜਾ ਰਿਹਾ। ਮੈਚ ਸਮਾਪਤ ਆ, ਹੁਣ ਪਲੰਟੀਆਂ ਦੇ ਦਰਮਿਆਨ ਕਿਹੜੀ ਟੀਮ ਫਸਟ ਆ ਤੇ ਕਿਹੜੀ ਸੈਕਿੰਡ ਆ, ਇਹ ਫੈਸਲੇ ਹੋਣੇ ਨੇ। ਤੇ ਜੇ ਹਰਦੀਪ ਕੌਰ ਬੱਚੀ ਕਹਿੰਦੀ ਪਲੰਟੀਆਂ ਦਰਮਿਆਨ ਜੇ ਬੀ ਟੀਮ ਜਿੱਤੂਗੀ 100 ਰੁਪਏ ਦੇ ਮਾਣ ਹੋਣਗੇ, ਜੇ ਗੁਰਮੀਤ ਪਲੰਟੀ ਕਰਕੇ ਗੋਲ ਕਰੂ 100 ਰੁਪਿਆ ਉਹਦੇ ਲਈ ਹੋਵੇਗਾ। ਗੁਰਸੇਵਕ ਸੇਬੀ ਸਾਡਾ ਬਾਈ ਕਹਿੰਦਾ ਗੁਰਪ੍ਰੀਤ 8 ਨੰਬਰ ਦੀ ਜਰਸੀ 'ਚ ਜੇ ਗੋਲ ਕਰੂ ਤਾਂ 50 ਰੁਪਏ ਉਹਦੇ ਵੱਲੋਂ ਹੋਣਗੇ। ਉੱਥੇ ਸਾਡਾ ਵੀਰ ਤੋਤੀ ਕਹਿੰਦਾ ਬਾਲ ਸਟੇਟ ਕਰਵਾ ਕੇ ਦਊ, ਅਤੇ ਉੱਧਰ ਦਿਲਪ੍ਰੀਤ ਕਹਿੰਦਾ ਪੱਗ ਦਿਓ। ਵੱਖੋ ਵੱਖ ਚੁਆਇਸਾਂ ਨੇ ਦਰਸ਼ਕਾਂ ਦੀਆਂ ਅਤੇ ਵੱਖੋ ਵੱਖ ਨਜ਼ਾਰੇ ਨੇ। ਮੇਰੀ ਬੇਨਤੀ ਹੈ ਇਸ ਤੋਂ ਅਗਲਾ ਮੁਕਾਬਲਾ ਜਿਹੜਾ ਖੇਡਿਆ ਜਾਣਾ ਚੱਕਰ ਅਤੇ ਚੰਡੂ ਕੇ, ਠੀਕ ਹੈ ਬਾਈ, ਬੇਨਤੀ ਆ ਜਿਹੜੀ ਉਰਲੀ ਸਾਈਡ ਆ ਸਟੇਜ ਵਾਲੀ ਉਹ ਦੂਸਰੇ ਪਾਸੇ ਜਾ ਬਣ। ਦਰਸ਼ਕ ਵੀਰ, ਦਰਸ਼ਕੋ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ, ਸੇਬੀ ਬਾਈ ਜੀ ਜਿਹੜੇ ਇੱਧਰਲੇ ਪਾਸੇ ਦਰਸ਼ਕ ਖੜ੍ਹੇ ਸਟੇਜ ਵਾਲੇ ਦੂਜੇ ਪਾਸੇ ਜਾ ਬਣ ਸਾਰੇ, ਕਿਉਂਕਿ ਨੈੱਟ ਨੂੰ ਦਿੱਕਤ ਆ ਰਹੀ ਆ। ਦਰਸ਼ਕ ਵੀਰਾਂ ਨੂੰ ਜਿਹੜੇ ਮਾਲਵਾ TV.com ਵਾਲੇ ਆ ਉਹਨਾਂ ਵੱਲੋਂ ਬੇਨਤੀ ਆ ਵੀ ਦੂਜੀ ਸਾਈਡ ਚਲੇ ਜਾਓ ਬਾਈ ਜੀ, ਬਾਈ ਬੇਨਤੀ ਪ੍ਰਵਾਨ ਕਰੋ ਬਾਈ। ਸਾਰੇ ਵੀਰ ਭਗਤੇ ਵਾਲੇ ਹੋ ਤੁਸੀਂ ਤਾਂ ਮੰਨੋ ਵੀਰ, ਭਗਤਾ ਲਾਈਟ ਵਾਲਿਆਂ ਨੂੰ ਬੇਨਤੀ ਆ ਦੂਜੇ ਪਾਸੇ ਜਾਓ ਵੀਰ ਜੀ ਤੁਸੀਂ। ਉੱਥੇ ਹੀ ਸਾਡੇ ਦਰਮਿਆਨ ਇਸ ਟੂਰਨਾਮੈਂਟ ਦੀ ਵੱਡੀ ਜ਼ਿੰਮੇਵਾਰੀ ਸਾਡੇ ਪ੍ਰਧਾਨ ਸੁਖਮਿੰਦਰ ਸਿੰਘ ਜੀ ਉਹਨਾਂ ਦੇ ਵੀ ਇੱਥੇ ਪੁੱਜਣ 'ਤੇ ਧੰਨਵਾਦ ਕਰਦੇ ਹਾਂ, ਜੋ 3 ਦਿਨਾਂ ਤੋਂ ਰਾਤ ਭਰ ਦਿਨ ਭਰ ਡਿਊਟੀਆਂ ਦਿੰਦੇ ਨੇ, ਵੱਡੀਆਂ ਜ਼ਿੰਮੇਵਾਰੀਆਂ ਨੇ। ਸਰਦਾਰ ਸੁਖਮਿੰਦਰ ਸਿੰਘ ਜੀ ਪ੍ਰਧਾਨ ਉਹਨਾਂ ਦਾ ਵੀ ਇੱਥੇ ਪੁੱਜਣ 'ਤੇ ਧੰਨਵਾਦ ਕਰਦੇ ਹਾਂ। ਬਾਈ ਜੀ ਸਾਈਡ 'ਤੇ ਹੋ ਜਾਓ ਜੀ, ਬਾਈ ਗੁਰਜੀਤ ਸਿੰਘ ਜੀ ਕਬੱਡੀ ਖਿਡਾਰੀ ਸਾਈਡ 'ਤੇ ਹੋ ਜਾਓ ਬਾਈ ਬਣ ਕੇ ਯਾਰ। ਬਾਈ ਸ਼ਿੰਦਾ ਜੀ ਪੁੱਜੇ ਨੇ, ਉਹਨਾਂ ਦਾ ਵੀ ਇੱਥੇ ਪੁੱਜਣ 'ਤੇ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਜ਼ਿੰਦਗੀ ਦੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇਸ ਖੇਡ ਮੇਲੇ ਨੂੰ ਚਾਰ ਚੰਨ ਲਾਏ ਨੇ। ਬਹੁਤ ਬਹੁਤ ਧੰਨਵਾਦ ਸ਼ਿੰਦੇ ਵੀਰ ਜੀ ਤੁਹਾਡਾ ਵੀ। ਬਾਈ ਬਣ ਕੇ ਬੇਨਤੀ ਹੈ ਵੀਰ ਸਾਈਡ 'ਤੇ ਹੋ ਜਾਓ ਯਾਰ, ਜਿਹੜੀ ਸਟੇਜ ਵਾਲੇ ਪਾਸੇ ਆ ਵੀਰ ਮਾੜਾ ਜਿਹਾ ਦੂਜੇ ਪਾਸੇ ਹੋ ਜਾਓ। ਬਾਈ ਜਾ ਬਹਿ ਜਾਓ ਯਾਰ ਥੱਲੇ ਸਟੇਜ ਸਟੇਜ ਵਾਲੀ ਸਾਈਡ ਵਾਲੇ ਜਿੰਨੇ ਵੀ ਦਰਸ਼ਕ ਵੀਰ ਨੇ ਥੱਲੇ ਬਹਿ ਜਾਓ ਬਾਈ ਬਣ ਕੇ। ਭੋਲੇ ਭੋਲੇ ਗੁਰਜੀਤ ਕਬੱਡੀ ਖਿਡਾਰੀ ਵੀਰੇ ਥੱਲੇ ਬਹਿ ਰਹੋ ਯਾਰ, ਤੁਸੀਂ ਤਾਂ ਮਾੜੇ ਸਿਆਣੇ ਆ, ਕਹਿ ਦੋ ਬਾਈ ਬਣਾ ਥੱਲੇ ਦਿਖਦਾ ਨਹੀਂ ਯਾਰ ਬਾਈ ਬਣਾ। ਉਹ ਵੀਰੇ ਪਵਣੇ ਕਹੋ ਯਾਰ ਮਾੜਾ ਥੱਲੇ ਬਿਠਾਓ ਇੱਧਰ, ਧੰਨਵਾਦ ਬਾਈ ਮਿਹਰਬਾਨੀ।
ਵੈਰੀ ਗੁੱਡ ਵੈਰੀ ਗੁੱਡ, ਬਹੁਤ ਸੋਹਣਾ ਪ੍ਰਦਰਸ਼ਨ ਦੋਨੋਂ ਟੀਮਾਂ ਦੇ ਦਰਮਿਆਨ। ਇਹ ਦਰਸ਼ਕਾਂ ਨੂੰ ਚੜ੍ਹਿਆ ਹੋਇਆ ਚਾਹ, ਅੱਜ ਦੇ ਖੇਡ ਮੇਲੇ ਦੇ ਸੰਦੇਸ਼ ਦਿੰਦੀ ਹੋਈ ਗਿੱਲ, ਡੀਜੇ ਸਾਊਂਡ ਵਾਲੇ ਵੀਰਾਂ ਦੀ ਆਵਾਜ਼ ਅਤੇ ਰੰਗ ਬਿਰੰਗੇ ਝੰਡੇ, ਕਿ ਇਹਦਾ ਰੰਗ ਸੰਦੂਰੀ ਹੈ, ਇਹ ਗੋਰੀ ਚਿੱਟੀ ਹੈ, ਇਹਨੂੰ ਮੈਲੀ ਨਾ ਕਰਿਓ, ਮੇਰੇ ਪੰਜਾਬ ਦੀ ਮਿੱਟੀ ਹੈ, ਪੰਜਾਬ ਦੀ ਨੌਜਵਾਨੀ ਸਾਂਭਣ ਦੀ ਜ਼ਰੂਰਤ, ਇਹਨਾਂ ਬੱਚਿਆਂ ਨੂੰ ਪਨੀਰੀ ਨੂੰ ਸਾਂਭਣ ਦੀ ਜ਼ਰੂਰਤ ਹੈ। ਸਾਡੀਆਂ ਸਰਕਾਰਾਂ, ਸਾਡੀਆਂ ਪੰਚਾਇਤਾਂ, ਸਾਡੇ ਬੱਚੇ ਬੱਚੀਆਂ ਚੰਗੀ ਵਿੱਦਿਆ ਹਾਸਲ ਕਰਨ, ਚੰਗੀਆਂ ਖੇਡਾਂ ਦੇ ਨਾਲ ਜੁੜਨ, ਇਹ ਸਾਡੀਆਂ ਸਰਕਾਰਾਂ ਪੰਚਾਇਤਾਂ ਦੀ ਜ਼ਿੰਮੇਵਾਰੀ ਬਣਦੀ ਹੈ, ਕਲੱਬਾਂ ਦੀ। ਅਤੇ ਬਹੁਤ ਬਹੁਤ ਧੰਨਵਾਦ ਉਹਨਾਂ NRI ਵੀਰਾਂ ਦਾ ਜਿਹੜੇ ਇਸ ਟੂਰਨਾਮੈਂਟ ਲਈ ਦਿਲ ਖੁੱਲ੍ਹ ਕੇ ਦਾਨ ਦਿੰਦੇ ਨੇ। ਰੈਫਰੀ ਸਾਹਿਬਾਨ ਨਾਲ ਸਾਡੇ, ਹਾਂਜੀ, ਕੌਣ ਜਿੱਤ ਗਿਆ ਜੀ? ਇਹ ਟੀਮ ਦੀ ਵਧਾਈ ਦੀ ਪਾਤਰ ਆ, ਫਸਟ ਇਨਾਮ ਪ੍ਰਾਪਤ ਕਰੂ। ਪਹਿਲੇ ਨੰਬਰ 'ਤੇ ਏ ਟੀਮ ਅਤੇ ਦੂਜੇ ਨੰਬਰ 'ਤੇ ਬੀ ਟੀਮ, ਦੋਨੋਂ ਟੀਮਾਂ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ। ਉੱਥੇ ਹੀ ਸਾਡੀ ਬੱਚੀ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਇਹਨਾਂ ਬੱਚਿਆਂ ਦਾ ਹੌਸਲਾ ਅਫਜਾਈ ਕੀਤਾ। ਉੱਥੇ ਹੀ ਸਾਡੇ NRI ਵੀਰਾਂ ਦਾ ਬਹੁਤ ਵੱਡਾ ਧੰਨਵਾਦ, ਪਾਲੀ ਕਨੇਡਾ, ਉਹ ਵੀ ਲਾਈਵ ਤੱਕ ਰਿਹਾ ਨਾਲ, ਸੋਨੀ ਕਨੇਡਾ ਸਾਡਾ ਵੀਰ, ਬਹੁਤ ਵੱਡਾ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ NRI ਵੀਰਾਂ ਦਾ, ਕਿ ਖਾ ਕੇ ਬਰਗਰ ਬੰਨ ਸੁਬੰਨੇ, ਭੁੱਲ ਕੇ ਦੁੱਧ ਦਹੀਂ ਦੇ ਛੰਨੇ, ਆਇਆ ਰਾਜ ਕਾਕੜੇ ਸੁਪਨਾ ਮੈਂ ਪਿੰਡ ਵਿੱਚ ਫਿਰਾਂ ਚੂਪਦਾ ਗੰਨੇ। ਇਨਸਾਨ ਜਿੱਥੇ ਮਰਜ਼ੀ ਰਹੇ, ਪਿੰਡ ਦੀ ਮਿੱਟੀ ਦਾ ਮੋਹ ਨਹੀਂ ਜਾਂਦਾ, ਜ਼ਿੰਦਗੀ ਭਾਵੇਂ ਸਾਰੀ ਉਮਰ ਬਾਹਰ ਲੰਘ ਜੇ, ਪਰ ਮਿੱਟੀ, ਪਿੰਡ ਦੀ ਖੁਸ਼ਬੂ, ਪਿੰਡ ਦਾ ਪਿਆਰ, ਜਨਮ ਭੂਮੀ ਕਦੇ ਨਹੀਂ ਭੁੱਲਦਾ ਮਰਨ ਤੱਕ। ਸਾਰੇ NRI ਵੀਰਾਂ ਦਾ ਬਹੁਤ ਵੱਡਾ ਧੰਨਵਾਦ, ਕਿ ਰਹੋ ਤੁਸੀਂ ਵੱਸਦੇ, ਸਦਾ ਤੁਸੀਂ ਹੱਸਦੇ, ਪੰਜਾਬੀ ਵੀਰਿਓ ਤੁਹਾਡੇ ਹੱਥ ਚੁੰਮਾਂ ਪਾ ਤੀਆਂ, ਤੁੰਮਾਂ ਟਰਾਲੇ ਪਾਲੇ ਪੰਪ ਵੀ ਲਾ ਲੇ। ਬਹੁਤ ਵੱਡਾ ਧੰਨਵਾਦ ਕਰਦੇ ਹਾਂ ਸਵਰਗਵਾਸੀ ਸ਼ਮਸ਼ੇਰ ਸਿੰਘ ਜੀ ਹੰਸਰਾ ਪਰਿਵਾਰ ਦਾ, ਕਮਾਲਪੁਰੇ ਵਾਲਿਆਂ ਦਾ। ਪਹਿਲਾ ਸੈਮੀਫਾਈਨਲ ਮੁਕਾਬਲਾ ਖੇਡਿਆ ਜਾਣਾ, ਗਰਾਊਂਡ ਖਾਲੀ ਕਰ ਦਿਓ ਜੀ, ਝੰਡੂ ਕੇ ਬਰਸ ਜੇਠੂ ਕੇ, ਦੋਨੋਂ ਟੀਮਾਂ ਜਲਦੀ ਦੇ ਨਾਲ ਗਰਾਊਂਡ 'ਚ, ਸੋਰੀ, ਝੰਡੂ ਕੇ ਅਤੇ ਚੱਕਰ ਦੀਆਂ ਟੀਮਾਂ ਦੇ ਦਰਮਿਆਨ ਪਹਿਲਾ ਸੈਮੀਫਾਈਨਲ ਮੁਕਾਬਲਾ, ਮਾਫ਼ੀ ਚਾਹਾਂਗੇ, ਟੀਮਾਂ ਦੇ ਦਰਮਿਆਨ ਖੇਡਿਆ ਜਾਣਾ। ਦੋਨੋਂ ਟੀਮਾਂ ਨੂੰ ਬੇਨਤੀ ਆ, ਉਹ ਵੀ ਆਪਣੀ ਤਿਆਰੀ ਰੱਖਣ, ਚੱਕਰ ਅਤੇ ਝੰਡੂ ਕੇ ਦੀਆਂ ਟੀਮਾਂ, ਪਹਿਲਾ ਸੈਮੀਫਾਈਨਲ ਮੁਕਾਬਲਾ ਖੇਡਿਆ ਜਾਣਾ। 8 ਨੰਬਰ ਦੀ ਜਰਸੀ ਦੇ ਵਿੱਚ ਜਿਹੜਾ ਗੁਰਪ੍ਰੀਤ ਖੇਡਦਾ ਜੀ, ਸੇਬੀ ਬਾਈ ਵੱਲੋਂ 50 ਰੁਪਏ। ਗਰਾਊਂਡ ਖਾਲੀ ਕਰ ਦਿਓ ਜੀ, ਬਹੁਤ ਬਹੁਤ ਧੰਨਵਾਦ। ਹੰਸਰਾ ਗਿੰਦੀ ਆਸਟ੍ਰੇਲੀਆ, ਕਾਲਾ USA, ਗੋਗੀ ਹੰਸਰਾ, ਪੱਟੀ ਹੰਸਰਾ, ਬਬਲੂ ਹੰਸਰਾ, ਆਪਣੇ ਚਾਚਾ ਦੀ ਯਾਦ ਦੇ ਵਿੱਚ ਜੱਦੀ ਹੰਸਰਾ ਵੀਰ ਵੱਲੋਂ, ਕਹਿੰਦੇ ਵੱਡਾ ਮਾਣ ਆ, ਆਏ ਸਾਲ ਇਸ ਟੂਰਨਾਮੈਂਟ ਲਈ 31,000 ਰੁਪਇਆ ਦਿੰਦੇ ਨੇ, ਬਹੁਤ ਬਹੁਤ ਧੰਨਵਾਦ। ਉੱਥੇ ਹੀ ਗੁਰਪ੍ਰੀਤ ਹੰਸਰਾ, ਪੁੱਟੋ ਗਰੇਵਾਲ, ਬਲਰਾਜ ਇਟਲੀ, ਅਮਰਤ ਕਨੇਡਾ, ਕੁਲਵਿੰਦਰ ਕਨੇਡਾ, ਸੁਖਪਾਲ ਕਨੇਡਾ, ਸੋਨੀ ਕਨੇਡਾ, ਇਸ ਵੀਰ ਦਾ ਵੀ ਵੱਡਾ ਧੰਨਵਾਦ ਕਰਦੇ ਹਾਂ, ਆਏ ਸਾਲ ਇਸ ਟੂਰਨਾਮੈਂਟ ਲਈ ਵੱਡੇ ਯੋਗਦਾਨ 31,000 ਰੁਪਏ ਦੇ, ਬਹੁਤ ਬਹੁਤ ਧੰਨਵਾਦ। ਨਾਲ ਜਗਦੀਪ ਕਨੇਡਾ ਜੀ, ਮਤੀ ਕਨੇਡਾ ਜੀ, ਇਹਨਾਂ ਸਾਰੇ NRI ਵੀਰਾਂ ਦਾ ਵੱਡਾ ਧੰਨਵਾਦ ਕਰਦੇ ਹਾਂ, ਜੋ ਵਿਦੇਸ਼ਾਂ ਦੇ ਵਿੱਚ ਬੈਠੇ ਇਹਨਾਂ ਖੇਡ ਮੇਲੇ ਲਈ ਮਾਇਆ ਦੇ ਸਹਿਯੋਗ ਦਿੰਦੇ ਨੇ। ਹੈਪੀ ਕਨੇਡਾ ਜੀ, ਬੰਟੀ ਕਨੇਡਾ, ਦਵਿੰਦਰ ਕਨੇਡਾ, ਪਾਲੀ ਫੁੱਟਬਾਲ ਖਿਡਾਰੀ ਕਨੇਡਾ ਵਾਲੇ, ਇਹਨਾਂ ਦਾ ਵੀ ਧੰਨਵਾਦ। ਦਰਸ਼ਨ ਸਿੰਘ ਜੀ ਕਨੇਡਾ, ਸਰਦਾਰ ਦਰਸ਼ਨ ਸਿੰਘ ਜੀ ਕਨੇਡਾ, ਵੱਡੀ ਜ਼ਿੰਮੇਵਾਰੀ, ਵੱਡਾ ਮਾਣ। ਸੁੱਖੀ ਆਰਮੀ, ਡਾਕਟਰ ਤਾਜ ਪਹਿਲਵਾਨ, ਮਾਸਟਰ ਅੰਮ੍ਰਿਤਪਾਲ ਜੀ, ਸਾਰੇ ਵੀਰਾਂ ਦਾ, ਸਹਿਯੋਗੀਆਂ ਦਾ ਵੱਡਾ ਧੰਨਵਾਦ ਕਰਦੇ ਹਾਂ। ਔਰ ਨਾਲ ਮੇਰੀ ਬੇਨਤੀ ਹੈ, ਚੱਕਰ ਬਰਸ ਝੰਡੂ ਕੇ, ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ, ਚੱਕਰ ਅਤੇ ਝੰਡੂ ਕੇ। ਚੱਕਰ ਅਤੇ ਝੰਡੂ ਕੇ, ਗਰਾਊਂਡ ਖਾਲੀ ਕਰ ਦਿਓ ਜੀ।